देता है जो मत जियो पिंड जिन सुख दिए जियो पिंड जिन सुख दिए जियो दिता शरीर दिता सारे सुख पैदा किए ने जेडे ताहे ना जानत तत् ओनू तत् स्वरूप जेड़ा तत् है ओनू नहीं जान ਉਹਨੂੰ ਨਹੀਂ ਜਾਣ ਰਿਹਾ ਵੀ ਮੈਂ ਉਹਦਾ ਵੀ ਮੇਰਾ ਮਾਂ ਬਾਪ ਉਹ ਹੈ ਉਹ ਤਾਂ ਤੱਤ ਸਰੂਪ ਹੈ ਉਹ ਬੈਠ ਰਹੇਗਾ ਇਹ ਉਹ ਤੱਤ ਤੇ ਤੱਤ ਨੇ ਮਿਲਣਾ ਤੱਤੇ ਤੱਤ ਮਿਲਿਆ ਸੁੱਖ ਹੋਏ ਉਹਨੂੰ ਤੱਤ ਨੂੰ ਨਹੀਂ ਜਾਣ ਰਿਹਾ ਹੋਰ ਇਹ ਕਿਸੇ ਦਾ ਬਣਿਆ ਬੈਠਾ ਜੀਓ ਪਿੰਡ ਜਿਨ ਸੁੱਖ ਦੀ ਹੈ ਜਿਨ ਸੁੱਖ ਦੀ ਹੈ ਚਾਹੇ ਨਾ ਜਾਣ ਤੱਤ ਉਸ ਤੱਤ ਨੂੰ ਨਹੀਂ ਜਾਣ ਰਿਹਾ ਉਹ ਤੱਤ ਹੈ ਤੱਤ ਵਿਚਾਰ ਹੈ ਮਥੁਰਾ ਜਗ ਤਾਰਨ ਕੋ ਅਵਤਾਰ ਬਣਾਇਓ ਜਪਿਓ ਜਿਨ ਅਰਜਨ ਦੇਵ ਗੁਰੂ ਅਰਜਨ ਦੇਵ ਦਾ ਗੁਰੂ ਜਿਹਨੂੰ ਅਰਜਨ ਦੇਵ ਗੁਰੂ ਮੰਨਦਾ ਜਿਹਨੇ ਉਹਨੂੰ ਜਾਣ ਲਿਆ ਜਪ ਲਿਆ ਜਪਿਓ ਜਿਨ ਅਰਜਨ ਦੇਵ ਗੁਰੂ ਕਿਉਂਕਿ ਦੇਵ ਗੁਰੂ ਨਹੀਂ ਹੁੰਦਾ ਦੇਵਤਾ ਦੇਵਤੇ ਨੂੰ ਕਹਿੰਦੇ ਨੇ ਦੇਵ ਤੋਂ ਉੱਤੇ ਮਹਾਦੇਵ ਹੁੰਦਾ ਦੇਵ ਨੂੰ ਗੁਰੂ ਕਿਵੇਂ ਕਹਿ ਦਿੰਦੇ ਦੇਵ ਨੂੰ ਗੁਰੂ ਬਣਾ ਦਿੱਤਾ ਉਹ ਦੇਵ ਦੇ ਉੱਤੇ ਤਾਂ ਮਹਾਦੇਵ ਹੈ ਜੋ ਮਹਾਦੇਵ ਕੋ ਕਹਿਤ ਸਦਾਸ਼ਿਵ ਮਹਾਦੇਵ ਵੀ ਗੁਰੂ ਨਹੀਂ ਹੈ ਸਦਾਸ਼ਿਵ ਨਹੀਂ ਹੈ ਇਹ ਦੇਵਤਾ ਕਿੱਥੋਂ ਗੁਰੂ ਹੋਜੂ ਜਪਿਓ ਜਿਨ ਅਰਜਨ ਦੇਵ ਗੁਰੂ ਅਰਜਨ ਦੇਵ ਦਾ ਗੁਰੂ ਜਿਹਨੂੰ ਗੁਰੂ ਜਿਹਨੂੰ ਅਰਜਨ ਦੇਵ ਨੇ ਗੁਰੂ ਮੰਨਿਆ ਜਿਹਨੂੰ ਨਾਨਕ ਨੇ ਗੁਰੂ ਮੰਨਿਆ ਉਹਨੂੰ ਜਿਹਨੇ ਜਾਣ ਲਿਆ ਉਹ ਕੌਣ ਹੈ ਉਹ ਭਾਨ ਉਹੀ ਸੂਰਜ ਹੈ ਉਹਦੇ ਭਾਨ ਜਬ ਚੀਨਾ ਫਿਰ ਸੰਕਟ ਜੋਨ ਗਰਭ ਨਹੀਂ ਆਇਓ ਫਿਰ ਨਹੀਂ ਹੋ ਜਮਣ ਵਰਨ ਚਲ ਸੰਸਾਰੀ ਗੁਰੂ ਜਪੇ ਤੇ ਕੁਛ ਨਹੀਂ ਫਰਕ ਪੈਣਾ ਸੰਸਾਰੀ ਗੁਰੂ ਕੱਟੇ ਨੇ ਇੱਥੇ ਅਰਜਨ ਦੇਵ ਨੇ ਜਿਹਨੂੰ ਗੁਰੂ ਕਿਹਾ ਅਸਲੀ ਗੁਰੂ ਉਹ ਹੈ ਕੌਣ ਹੈ ਦਸਮ ਪਾਤਸ਼ਾਹ ਨੇ ਕਿਹਾ ਆਦਿ ਅੰਤ ਇੱਕ ਹੈ ਅਵਤਾਰਾ ਸੋਈ ਗੁਰੂ ਸਮਝਿਓ ਉਹ ਤਾਂ ਇੱਕੋ ਹੀ ਹੈ ਆਦਿ ਤੋਂ ਲੈ ਕੇ ਸ਼ੁਰੂ ਤਾਂ ਲੈ ਕੇ ਇੱਕ ਹੀ ਹੈ ਦੂਆ ਹੋਇਆ ਹੀ ਨਹੀਂ ਕਦੇ ਉਹਦੇ ਬਰਾਬਰ ਦਾ ਲਾਹਾ ਮਾਇਆ ਕਾਰਨੇ ਦਹਿ ਦਿਸ਼ ਢੂੰਡਣ ਜਾਏ ਦੇਵਨ ਹਾਰ ਦਾ ਤਾਰ ਪ੍ਰਭ ਨਿਮਖ ਨਾ ਮਨੇ ਵਸਾਏ ਲਾਹਾ ਮਾਇਆ ਕਾਰਨੇ ਦਹਿ ਦਿਸ਼ ਢੂੰਡਣ ਜਾਏ ਦਸਾਂ ਦਿਸ਼ਾਵਾਂ 'ਚ ਫਿਰਦਾ ਲਾਹੇ ਵਾਸਤੇ ਮਾਇਆ ਦੇ ਵਾਸਤੇ ਮਾਇਆ ਦੇ ਲਾਹੇ ਵਾਸਤੇ ਦਸਾਂ ਦਿਸ਼ਾਵਾਂ 'ਚ ਫਿਰਦਾ ਹੈ ਜਿਹੜਾ ਨਾਮ ਦਾ ਲਾਹਾ ਹੈ ਉਹਦੇ ਖਾਤਰ ਟਾਈਮ ਹੀ ਨਹੀਂ ਹੈ ਉਹਦਾ ਧਿਆਨ ਇਹ ਨਹੀਂ ਹੈ ਉਹਦੀ ਲੋੜ ਇਹ ਨਹੀਂ ਹੈ ਮਹਿਸੂਸ ਕੀਤੀ ਹੈ ਜੋ ਲਾਹਾ ਮਾਇਆ ਕਾਰਨ ਦਹਿ ਦਸ ਢੂੰਡਣ ਜਾਂਦੇ ਦਸਾਂ ਦਸਾਵਾਂ ਦੇ ਵਿੱਚ ਢੂੰਡਣ ਜਾਂਦੇ ਮਾਇਆ ਦੇ ਵਾਸਤੇ ਮਾਇਆ ਦਾ ਲਾਹੇ ਵਾਸਤੇ ਤਾਂ ਦਸਾਂ ਹਵਾਈ ਆ ਜਾਣੀ ਫਿਰਦਾ ਦੇਸਾਂ ਪ੍ਰਦੇਸਾਂ 'ਚ ਫਿਰਦਾ ਮਾਇਆ ਵਾਸਤੇ ਦਹਿ ਦਸ ਢੂੰਡਣ ਜਾਏ ਦੇਵਨ ਹਰ ਦਾ ਤਾਰ ਪ੍ਰਭ ਨਿਮਖ ਨਾ ਮਨੇ ਵਸਾਏ ਉੱਥੇ ਚਲੇ ਜਾ ਉੱਥੇ ਦੇਣ ਵਾਲਾ ਕੌਣ ਦੇਣਾ ਤਾਂ ਉਹ ਨਹੀਂ ਹੈ ਦੇਣ ਹਾਰ ਦਾ ਤਾਰ ਪ੍ਰਭ ਨਿਮਖ ਨਾ ਮਨੇ ਵਸਾਏ ਚੱਲ ਤੂੰ ਲਾਹ ਲੈਣ ਵਾਲਾ ਜਾਣਦਾ ਹਰਜ ਨਹੀਂ ਹੈ ਪਰ ਉਹਨੂੰ ਯਾਦ ਰੱਖ ਜਿੱਥੇ ਵੀ ਜਾਂਦਾ ਵੀ ਮੈਂ ਕਿਤੇ ਚਲਾ ਮੈਂ ਦੇਣਾ ਉਹਨੇ ਜੇ ਮੈਨੂੰ ਭੇਜਿਆ ਉਸਨੇ ਭੇਜਿਆ ਗਿਆ ਮੈਂ ਹੁਕਮ ਨਾਲ ਆ ਉਹਨੂੰ ਚੇਤਾ ਤਾਂ ਉਹਦਾ ਰੱਖ ਜਾ ਕਿਤੇ ਜਾਣ ਤਾਂ ਨਹੀਂ ਹਟਾਇਆ ਵੀ ਜਾ ਨਾ ਤੂੰ ਬਹਿ ਜਾ ਜਾਣ ਤਾਂ ਨਹੀਂ ਹਟਾਇਆ ਲਾਹਾ ਲੈਣ ਤਾਂ ਨਹੀਂ ਹਟਾਇਆ ਪਰ ਉਹ ਜੇ ਉਹ ਪ੍ਰਭ ਨੂੰ ਵਿਸਾਰ ਕੇ ਜਿਹੜਾ ਲਾਹਾ ਹੈ ਨਾ ਤੇ ਲਾਹਾ ਤਾਂ ਮਿਲ ਗਿਆ ਪ੍ਰਭ ਤਾਂ ਵਿਸਰ ਗਿਆ ਦੇਵ ਨਾਲ ਤਾਂ ਵਿਸਰ ਗਿਆ ਦਾਤ ਪਿਆਰੀ ਵਿਸਰਿਆ ਦਾਤਾਰ ਉਹ ਜਿਹਨੇ ਦਾਤ ਦਿੱਤੀ ਹੈ ਤੈਨੂੰ ਉਹਨੂੰ ਨਾ ਵਿਸਰ ਉਹਨੂੰ ਯਾਦ ਰੱਖ ਫਿਰ ਮਾਇਆ ਤੈਨੂੰ ਕੁਛ ਨਹੀਂ ਕਹਿੰਦੀ ਲਾਲਚ ਝੂਠ ਬੇਕਾਰ ਮੋਹ ਸੰਪੇ ਮਨ ਮਾਹੇ ਦੇਖੋ ਸੰਪਤੀ ਕੀ ਹੈ ਇਕੱਠੀ ਕਾਹਦੀ ਕਰੀ ਹੈ ਦੌਲਤ ਕਾਹਦੀ ਇਕੱਠੀ ਕਰੀ ਹੈ ਮਨ ਦੇ ਵਿੱਚ ਲਾਲਚ ਝੂਠ ਬੇਕਾਰ ਮੋਹ ਇਹ ਸੰਪਤੀ ਇਕੱਠੀ ਕਰ ਲਈ ਦੌਲਤ ਸੰਪੇ ਮਨ ਮਾਹੇ ਮਨ ਦੇ ਵਿੱਚ ਸਭ ਭਰ ਲਿਆ ਹੈ ਪੂਰੀ ਠੋਸ ਕੇ ਭਰਿਆ ਹੈ ਇਹ ਸੰਪਤੀ ਮਨ ਵਿੱਚ ਹੈ ਤੇ ਫਿਰ ਨਾਮ ਦੇ ਰੱਖਣ ਨੂੰ ਜਗ੍ਹਾ ਕਿੱਥੇ ਉੱਥੇ ਨਾਮ ਤਾਂ ਇਹੀ ਜਗ੍ਹਾ ਆਉਂਦਾ ਹੀ ਨਹੀਂ ਲੰਪਟ ਚੋਰ ਇਹਦਾ ਮਤਲਬ ਹੈ ਨਾਮ ਦੀ ਲੋੜ ਵੀ ਹੈ ਨਹੀਂ ਸਾਫ਼ ਹੈ ਲੋੜ ਵੀ ਹੈ ਨਹੀਂ ਕਿਉਂ ਗੁਰੂ ਕੌਣ ਹੈ ਗੁਰੂ ਕੌਣ ਹੈ ਇੱਥੇ ਲੰਪਟ ਚੋਰ ਲੰਪਟ ਚੋਰ ਨਿੰਦਕ ਮਹਾ ਲੰਪਟ ਕਿਹਨੂੰ ਕਹਿੰਦੇ ਨੇ ਲੰਪਟ ਉਹ ਝੂਠ ਤੇ ਝੂਠ
ਕਹਿੰਦਾ ਵੀ ਆਹ ਮਾਰਤੀ ਇਹਨੇ 2000 ਕੁਇੰਟਲ ਦੀ ਗੱਪ ਲੰਪੜ ਜਿਹੜੇ ਪਹਾੜ ਜਿਹੜੇ ਝੂਠ ਬੋਲੇ ਨਾ ਗੱਪਾਂ ਮਾਰੇ ਲੰਪੜ ਕਹਿੰਦੇ ਨੇ ਲੰਪੜ ਚੋਰ ਨਿੰਦਕ ਮਹਾਂ ਤੈਨੂੰ ਸੰਗ ਵਿਹਾਏ ਉਹ ਸਾਖੀਆਂ ਘੜੀ ਜਾਵੇ ਉਹ ਲੰਪੜਾਂ ਦੀਆਂ ਘੜੀਆਂ ਆਈਆਂ ਨੇ ਪੰਜਾ ਲਾ ਦਿੱਤਾ ਪੰਜਾ ਧਸ ਗਿਆ ਵਿੱਚ ਪਹਾੜ ਦੇ ਨਾਨਕ ਨੇ ਇਹ ਲੰਪੜਾਂ ਦੀਆਂ ਨੇ ਸਾਖੀਆਂ ਸਭ ਸੱਚ ਇਹਨਾਂ 'ਚ ਕੁਛ ਨਹੀਂ ਹੈ ਨਾਨਕ ਨੇ ਕਿਹਾ ਅੱਖਾਂ ਵਿੱਚ ਖੜਾਵਾਂ ਉਹ ਹੋ ਗਈਆਂ ਇਹ ਸਭ ਲੰਪੜਾਂ ਦੀਆਂ ਗੱਲਾਂ ਨੇ ਉਹਦਾ ਤੁਰ ਕੇ ਗਏ ਨੇ ਟਾਈਮ ਲੱਗਿਆ ਜੇ ਇੰਨਾ ਹੁੰਦਾ ਫਿਰ ਤਾਂ ਇਹ 1 ਸਾਲ ਦੇ ਵਿੱਚ ਇੰਨੀ ਯਾਤਰਾ ਹੋ ਜਾਂਦੀ ਫਿਰ ਇੰਨੀ ਕੀ ਲੋੜ ਸੀ ਅੱਖਾਂ ਵਿੱਚ ਕੇ ਜਾਣਾ ਸੀ ਰੋਜ਼ ਘਰ ਆ ਜਾ ਕਰਦੇ ਉੱਥੋਂ ਅੱਖਾਂ ਵਿੱਚ ਹੀ ਚਲੇ ਗਏ ਜਾ ਕੇ ਕੰਮ ਕਰਕੇ ਫਿਰ ਆ ਗਏ ਹੁਣ ਹਵਾਈ ਜਹਾਜ਼ ਜਦੇ ਮੁੜੇ ਆਉਂਦੇ ਨੇ ਚੀਫ ਮਿਨਿਸਟਰ ਜਾ ਕੇ ਉਹ 3-3 ਸਾਲ ਘਰ ਨਹੀਂ ਸੀ ਆਉਂਦੇ ਇਹ ਲੰਪੜ ਨੇ ਸਾਰੇ ਜਿਹਨਾਂ ਦੀਆਂ ਕਹਾਣੀਆਂ ਬਣਾਈਆਂ ਨੇ ਚੋਰ ਉਹ ਪ੍ਰਚਾਰ ਆ ਸਾਡੇ ਕੋਲ ਉਹ ਚੰਗਾ ਲੱਗਦਾ ਕਿ ਲੰਪੜਾਂ ਦਾ ਨਾ ਜਿਹਨਾਂ ਦੇ ਅੰਦਰ ਝੂਠ ਬਕਾਰ ਉਹ ਇਹ ਸੌਦਾ ਹੈ ਉਹਨਾਂ ਨੂੰ ਇਹ ਲੰਪੜ ਪਾਠ ਚੰਗਾ ਲੱਗਦਾ ਇਹ ਕਹਾਣੀਆਂ ਚੰਗੀਆਂ ਲੱਗਦੀਆਂ ਨੇ ਸਮਝ ਲੱਗੀ ਗੱਲ ਦੀ ਸਿੱਖਾਂ ਦੇ ਮਨ ਦੇ ਵਿੱਚ ਜਿਹੜਾ ਸੌਦਾ ਹੈ ਨਾ ਸੰਪਤੀ ਹੈ ਕੀ ਹੈ ਝੂਠ ਲੋਭ ਬਕਾਰ ਉਹਨਾਂ ਨੂੰ ਇਹ ਸਾਖੀਆਂ ਚੰਗੀਆਂ ਲੱਗਣਗੀਆਂ ਜਿਹਨਾਂ ਦੇ ਹੈ ਨਹੀਂ ਉਹਨਾਂ ਨੂੰ ਬੁਰੀਆਂ ਲੱਗਦੀਆਂ ਇਹ ਸੱਚ ਨਹੀਂ ਹੈ ਉਹ ਸੱਚ ਦੇ ਗਾਹਕ ਨੇ ਝੂਠ ਦੇ ਗਾਹਕ ਨਹੀਂ ਸੱਚ ਗੁਰਬਾਣੀ 'ਚ ਗੁਰਬਾਣੀ ਨੂੰ ਪੜ੍ਹੋ ਉੱਥੇ ਸੱਚ ਲੈ ਲਓ ਅਸੀਂ ਉਹਨਾਂ ਸਾਖੀਆਂ 'ਤੇ ਲੈਣਾ ਕੀ ਹੈ ਜਿਹੜੇ ਗੁਰਮਤ ਦੇ ਖਿਲਾਫ ਨੇ ਉਹਨਾਂ ਨੂੰ ਗੁਰਮਤ ਨਹੀਂ ਚਾਹੀਦੀ ਲੰਪੜ ਚੋਰ ਨਿੰਦਕ ਮਹਾਂ ਨਿੰਦਕ ਮਹਾਂ ਤਿੰਨੂੰ ਸੰਗ ਬਿਹਾਏ ਨਿੰਦਕ ਕਿਹਦਾ ਹੁੰਦਾ ਨਿੰਦਕ ਹੈ ਸੱਚ ਦਾ ਨਾਨਕ ਨੂੰ ਗੁਰੂ ਬਣਾ ਦਿੱਤਾ ਗੁਰੂ ਦੀ ਨਿੰਦਿਆ ਹੋ ਗਈ ਅਸਲੀ ਦੀ ਅਸਲੀ ਗੁਰੂ ਦੀ ਨਿੰਦਿਆ ਹੋ ਗਈ ਅਸਲੀ ਗੁਰੂ ਤਾਂ ਛੱਡਦਾ ਇਹਨਾਂ ਨੇ ਫਿਰ ਪਰਮੇਸ਼ੁਰ ਦੀ ਨਿੰਦਿਆ ਨਾ ਹੋ ਗਈ ਇਹ ਤੁਸੀਂ ਤਾਂ ਡੁਪਲੀਕੇਟ ਪਰਮੇਸ਼ੁਰ ਬਣਾ ਲਿਆ ਬਈ ਅਸੀਂ ਡੁਪਲੀਕੇਟ ਰਾਜਾ ਬਣਾ ਲਈਏ ਔਰ ਅਸਲੀ ਰਾਜਾ ਬਰਦਾਸ਼ਤ ਕਰੂਗਾ ਤੁਸੀਂ ਡੁਪਲੀਕੇਟ ਰੱਬ ਬਣਾ ਲਓ ਅਸਲੀ ਰੱਬ ਬਰਦਾਸ਼ਤ ਕਰੂਗਾ ਉਹਦੀ ਤਾਂ ਨਿੰਦਿਆ ਕਰ ਰਹੇ ਹੋ ਤੁਸੀਂ ਇੱਕ ਘਟੀਆ ਆਦਮੀ ਨੂੰ ਉਹਦੇ ਨੌਕਰ ਨੂੰ ਉਹਦੇ ਚਾਕਰ ਨੂੰ ਕਹਿ ਦਿਓ ਵੀ ਇਹੀ ਰੱਬ ਹੈ ਅਤੇ ਨਿੰਦਿਆ ਕਿਹਦੀ ਹੈ ਪਰਮੇਸ਼ੁਰ ਦੀ ਨਿੰਦਿਆ ਹੈ ਜਿਹਨੂੰ ਨਾਨਕ ਕਹਿਣਾ ਰੱਬ ਉਹਨੂੰ ਛੱਡ ਕੇ ਨਾਨਕ ਨੂੰ ਰੱਬ ਕਹਿਣਾ ਨਿੰਦਿਆ ਅਸਲੀ ਦੀ ਇਹੀ ਨਿੰਦਿਆ ਚਾਕਰ ਨੂੰ ਕਹਾਂ ਜੀ ਇਹੀ ਮਾਲਕ ਹੈ ਉਹ ਚਾਕਰ ਆ ਉੱਥੇ ਦਾ ਫੈਕਟਰੀਆਂ ਇਸੇ ਦੀਆਂ ਨੇ ਉਹ ਤਾਂ ਕਹਿੰਦਾ ਨਹੀਂ ਜਿਹੜਾ ਕਹਿੰਦਾ ਹੈ ਕੀ ਕਰ ਕੀ ਪੈਸੇ ਦੇ ਰਿਹਾ ਕਿਉਂ ਦੇ ਰਿਹਾ ਸਾਨੂੰ ਕੀ ਲੋੜ ਹੈ ਕਹਿਣ ਦੀ ਇਹ ਗੱਲ ਕਿਉਂ ਪਈ ਲੋੜ ਕਿਉਂਕਿ ਜਿਹਨਾਂ ਨੇ ਕੀਤਾ ਹੋਇਆ ਨਾ ਬ੍ਰਹਮਾ ਵਿਸ਼ਨੂੰ ਸ਼ਿਵਜੀ ਨੂੰ ਉਹਦੇ ਥਾਂ ਖੜਾ ਉਹਨੇ ਨਾਨਕ ਨੂੰ ਖੜਾ ਕਰ ਲਿਆ ਸਿੱਖਾਂ ਨੇ ਮੰਨ ਲਿਆ ਜਿਹੜੇ ਲੰਪੜ ਸੀ ਗੁਰਬਾਣੀ ਉਹਨਾਂ ਨੂੰ ਮੰਨਦੀ ਹੋ ਨਹੀਂ ਤਿੰਨਾਂ ਨੂੰ ਅਸੀਂ ਨਾਨਕ ਨੂੰ ਮੰਨ ਕੇ ਉੱਥੇ ਇਹਨੇ ਵੀ ਮੰਨ ਲਏ ਇਹਨੇ ਸਿੱਖੀ ਦੀ ਰੇਲ ਜਿਹੜੀ ਸੀ ਲੀਹ ਤੋਂ ਲਾਤੀ